ਚਾਹੇ ਇਹ ਇਹਨਾਂ ਦਾ ਪਿੰਡ ਪੂਰਾ 5-star ਪਿੰਡ ਆ, ਪਰ ਤਾਂ ਵੀ ਇਹਨਾਂ ਨੇ ਉਹਨਾਂ ਇਨਸਾਨਾਂ ਬਾਰੇ ਸੋਚਿਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਰੇੜਾਂ ਆਈਆਂ ਅਤੇ ਉਹ ਬਾਹਰ ਮੰਜੇ ਡਾ ਕੇ ਬੈਠੇ ਨੇ। ਕਹਿਣਾ ਤਾਂ ਨਹੀਂ ਚਾਹੀਦਾ ਪਰ ਬਦਨਾਮ ਕਰਨ ਵਾਲੇ ਕਰੀ ਜਾਂਦੇ ਨੇ ਜੀ, ਪਰ ਲੋਕ ਵਿਸ਼ਵਾਸ ਕਰਦੇ ਨੇ। ਜਿਹੜੇ ਚੰਦ ਜੇ ਲੋਕ ਘਰਾਂ ਬੈਠੇ ਸਿਰਫ ਸੋਸ਼ਲ ਮੀਡੀਆ ਦੇ ਜ਼ਰੀਏ ਕਮੈਂਟਬਾਜ਼ੀ ਕਰਨ ਨੂੰ ਨੇ, ਅਤੇ ਅਸੀਂ ਤਾਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲਈ ਅਰਦਾਸ ਵੀ ਕਰਦੇ ਹਾਂ। ਵੀਰ ਜੀ, ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ 1 ਰੁਪਏ ਵਾਲੀ ਉਹ ਘਟਨਾ ਦੱਸੀ ਸੀ, ਉਹ ਜ਼ਰੂਰ ਸ਼ੇਅਰ ਕਰੋ। ਅਤੇ ਹੁਣ ਸਾਡੀ ਜਿਹੜੀ ਪਹਿਲੀ ਕੈਚ ਸੀਗੀ, ਅਸੀਂ 10,11,000 ਦੀ ਕਾਲ ਸੇਡ ਨੂੰ ਦੇ ਰਹੇ ਹਾਂ। ਲੋਕ ਤਾਂ ਕਹਿੰਦੇ ਜੀ ਅਮਰਪ੍ਰੀਤ ਸਿੰਘ ਔਰ ਰਵੀ ਸਿੰਘ ਜੀ ਲੁੱਟਣ 'ਤੇ ਹੋਏ ਪਏ ਨੇ ਜੀ, ਪੈਸਾ ਇਕੱਠਾ ਕਰ ਲਿਆ ਜੀ, ਇਹ ਵੀਡੀਓਜ਼ ਆ ਰਹੀਆਂ ਜੀ ਉਹਨਾਂ ਦੀਆਂ ਤਾਂ। ਜੇ ਆਪਾਂ ਗੱਲ ਕਰੀਏ ਜੇ ਉਦੋਂ ਤਾਂ ਕੋਈ ਬੋਲਿਆ ਨਹੀਂ ਕਿ ਜਦੋਂ ਆਪਣੇ ਬਾਹਰਲੇ ਦੇਸ਼ਾਂ 'ਚ ਜਾ ਕੇ ਉੱਥੇ ਮੁਸੀਬਤ ਆਈ, ਉਦੋਂ ਤਾਂ ਕਿਸੇ ਨੇ ਜਾ ਕੇ ਉੱਥੇ ਕਿਹਾ ਨਹੀਂ ਕਿ ਅਸੀਂ ਇੰਨੇ ਪੈਸੇ ਦਿੰਦੇ ਹਾਂ, ਅਸੀਂ ਜਾ ਕੇ ਉੱਥੇ ਸੇਵਾ ਕਰਦੇ। ਬੜੀ ਖੁਸ਼ੀ ਹੋਈ ਸਾਰਿਆਂ ਨੂੰ ਇਕੱਠਿਆਂ ਨੂੰ ਦੇਖ ਕੇ, ਇਹ ਆ ਗੱਲ ਜੇ ਜੋ ਮਰਜ਼ੀ ਕਰ ਸਕਦਾ ਸਾਡਾ ਪਿੰਡ। ਆ 11,000 ਵੀ ਜੇ ਦੇ ਦਿੰਦਾ ਕੋਈ ਤਾਂ ਵੀ ਉਨਾ ਹੀ ਸਿਖਾ ਸਾਈਡ ਲਈ ਤਾਂ ਕੋਈ ਮਤਭੇਦ ਨਹੀਂ ਹੈਗਾ। 10,11,000 ਇਹਨਾਂ ਲਈ ਵੀ ਕੋਈ ਵੱਡੀ, ਕਿਉਂਕਿ ਇਹਨਾਂ ਨੇ ਕੋਈ ਆਪਣੇ ਘਰ ਤਾਂ ਕਰਨੇ ਨਹੀਂ, ਦੂਜਿਆਂ ਦਾ ਹੀ ਹੋਣਾ। ਖਾਲਸਾ ਏਡ ਦੇ ਪ੍ਰਬੰਧਕਾਂ ਨੂੰ ਚੈੱਕ ਦੇਣ ਦੀਆਂ ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਦੀਆਂ ਨੇ, ਅਤੇ ਇਹ ਇਸ ਕਰਕੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿਉਂਕਿ ਇਸ ਪਿੰਡ ਨੇ ਜੋ ਕਦਮ ਚੁੱਕਿਆ ਹੈ ਅਤੇ ਜੋ ਉਪਰਾਲਾ ਕੀਤਾ ਉਹ ਸੱਚਮੁੱਚ ਸ਼ਲਾਘਾਯੋਗ ਹੈ। ਪਿੰਡ ਸਿੱਧਵਾਂ ਦੋਨਾਂ ਦੇ ਲੋਕਾਂ ਨੇ ਖਾਲਸਾ ਏਡ ਦੇ ਲਈ 10,11,000 ਰੁਪਏ ਦਾ ਚੈੱਕ ਜਿਹੜਾ ਕਿ ਪਹਿਲੀ ਕਿਸ਼ਤ ਹੈ ਉਹ ਦਿੱਤੀ ਹੈ, ਸੇਵਾ ਕੀਤੀ ਜਾ ਰਹੀ ਹੈ। ਪਰ ਇਹ ਲੋਕਾਂ ਦੇ ਵੱਲੋਂ ਇਹ ਸੇਵਾ ਕਿਸ ਦੇ ਲਈ ਹੈ ਉਹ ਸਾਰੀ ਗੱਲਬਾਤ ਅਸੀਂ ਕਰਨੀ ਹੈ, ਔਰ ਖਾਲਸਾ ਏਡ ਦੇ ਏਸ਼ੀਆ ਹੈੱਡ ਅਮਰਪ੍ਰੀਤ ਸਿੰਘ ਜੀ ਆਪਣੀ ਟੀਮ ਦੇ ਨਾਲ ਇਸ ਪਿੰਡ ਦੇ ਵਿੱਚ ਪਹੁੰਚੇ ਨੇ। ਇੱਥੇ ਉਹਨਾਂ ਦਾ ਪਹਿਲਾਂ ਸਵਾਗਤ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਤੋਂ ਉਪਰੰਤ, ਹੁਣ ਉਹਨਾਂ ਨੂੰ ਪਿੰਡ ਦੇ ਪਾਰਕ ਦੇ ਵਿੱਚ ਇਹ ਚੈੱਕ ਦਿੱਤਾ ਗਿਆ ਹੈ। ਭਾਈ ਅਮਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਇਸ ਪਿੰਡ ਦੇ ਵੱਲੋਂ ਜੋ ਇਹ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਤੁਸੀਂ ਕਿਵੇਂ ਵੇਖਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਕਿ ਅੱਜ ਇੱਕ ਛੱਤਰੀ ਹੇਠ ਇਕੱਠੇ ਹੋਏ ਨੇ। ਜਿਵੇਂ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ, ਪਹਿਲੀ ਦਫ਼ਤਰ ਦੇ ਵਿੱਚ ਅਸੀਂ ਬੈਠੇ, ਸਾਰੀ ਇਹਨਾਂ ਨੇ ਪੁੱਛਿਆ ਕਿ ਤੁਸੀਂ ਕਿਵੇਂ ਕਿਵੇਂ ਕੰਮ ਕਰ ਰਹੇ ਹੋ, ਕਿਵੇਂ ਕਿਵੇਂ ਪੈਸਾ ਲਗਾਓਗੇ। ਅਤੇ ਉਦੋਂ ਇਹਨਾਂ ਨੇ ਇਹ ਗੱਲ ਕੀਤੀ ਕਿ ਸਾਰੇ ਪਿੰਡ ਵਾਸੀਆਂ ਦੇ ਗੁਰਦੁਆਰੇ, ਮੰਦਰ, ਕਲੱਬ, ਯੂਥ ਕਲੱਬ, ਸੁਸਾਇਟੀਆਂ ਔਰ ਸਾਰੇ ਨਗਰ 'ਚੋਂ ਜਿਹੜੇ NRI ਵੀ ਨੇ, ਜਿਹੜੇ ਪਿੰਡਾਂ 'ਚੋਂ ਬਾਹਰ ਗਏ ਹੋਏ ਨੇ, ਉਹਨਾਂ ਨੇ ਇਕੱਠੇ ਮਿਲ ਕੇ ਇੱਕ ਸੁਸਾਇਟੀ ਬਣਾ ਕੇ ਸਿਰਫ ਅਤੇ ਸਿਰਫ ਪੰਜਾਬ ਫਲੱਡਸ ਦੇ ਲਈ ਜਿਹੜੇ ਅਫੈਕਟਿਡ ਪਰਿਵਾਰ ਨੇ ਉਹਨਾਂ ਦੇ ਲਈ ਅਸੀਂ ਫੰਡ ਇਕੱਠਾ ਕਰ ਰਹੇ ਹਾਂ। ਸੋ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਐਡਾ ਵੱਡਾ ਕਦਮ ਇਕੱਠਾ ਹੋਣਾ ਬਹੁਤ ਔਖਾ ਹੈ ਜੀ ਅੱਜ ਦੇ ਟਾਈਮ 'ਤੇ, ਅਤੇ ਇਕੱਠੇ ਹੋ ਕੇ ਇੱਕ ਚੰਗੇ ਇਹਨਾਂ ਨੇ ਕਦਮ ਪੱਟਿਆ। ਅਤੇ ਉਸ ਤੋਂ ਬਾਅਦ ਅੱਜ ਜੋ ਇਹਨਾਂ ਨੇ ਰਾਸ਼ੀ ਦਿੱਤੀ ਆ, ਅਤੇ ਜੋ ਖਾਲਸਾ ਏਡ ਦੇ ਵੱਲੋਂ ਪੰਜਾਬ ਹੜ੍ਹ ਪੀੜਤਾਂ ਦੇ ਲਈ ਸੇਵਾਵਾਂ ਚੱਲ ਰਹੀਆਂ, ਇਹ ਸਾਰੀ ਰਾਸ਼ੀ ਅਸੀਂ ਉਸ ਦੇ ਵਿੱਚ ਇਹਨਾਂ ਨੂੰ ਪ੍ਰੋਜੈਕਟਸ ਦੱਸੇ ਨੇ ਜੋ ਜੋ ਸਾਡੇ ਚੱਲ ਰਹੇ ਨੇ, ਅਤੇ ਅਸੀਂ ਇਹ ਰਾਸ਼ੀ ਉਹਨਾਂ ਦੇ ਵਿੱਚ ਯੂਜ਼ ਕਰਾਂਗੇ। ਅਤੇ ਮੈਂ ਸਾਰੀ ਸੰਗਤ ਦਾ, ਸਾਰੇ ਹੀ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਅਤੇ ਤੁਸੀਂ ਕਿਵੇਂ ਵੇਖਦੇ ਹੋ ਲੋਕ ਖਾਲਸਾ ਏਡ ਦੇ ਉੱਤੇ ਇੱਕ ਭਰੋਸਾ ਜਿਤਾਉਂਦੇ ਨੇ ਵੀ, ਕਿਉਂਕਿ ਜਦੋਂ ਇਹ ਦਿਨ ਚੈੱਕ ਦੇਣਾ ਵੀ ਹੋਊਗਾ ਇੰਨੀ ਅਮਾਊਂਟ ਦੇਣੀ ਤਾਂ ਕੁਝ ਵਿਚਾਰ ਕਰਕੇ ਹੀ ਦਿੱਤਾ ਹੋਊਗਾ, ਖਾਲਸਾ ਏਡ ਨੂੰ ਚੁਣਦੇ ਨੇ ਜੀ, ਉਸ ਵਿਸ਼ਵਾਸ ਨੂੰ ਕਿਵੇਂ ਵੇਖਦੇ ਤੁਸੀਂ? ਦੇਖੋ, ਜਿਵੇਂ ਜਿਵੇਂ ਸੰਗਤ ਦਾ ਪਿਆਰ ਮਿਲ ਰਿਹਾ ਉਵੇਂ ਉਵੇਂ ਸਾਡੀ ਜ਼ਿੰਮੇਵਾਰੀਆਂ ਵੀ ਵੱਧ ਰਹੀਆਂ ਨੇ। ਚਾਹੇ ਆਪਾਂ ਦੇਖਦੇ ਹਾਂ ਕਿ ਅੱਜ ਹਰ ਇੱਕ, ਚਾਹੇ ਪੰਜਾਬ ਤੋਂ ਹੈ ਚਾਹੇ ਪੰਜਾਬ ਤੋਂ ਬਾਹਰ ਬੈਠੇ ਸੱਜਣ ਨੇ, ਅੱਜ ਖਾਲਸਾ ਏਡ ਨੂੰ ਚੁਣ ਰਹੇ ਨੇ। ਸੋ ਅਸੀਂ ਕਹਿੰਦੇ ਕਿ ਜਿਹੜਾ ਇਹ ਸਾਡਾ ਤਜਰਬਾ ਹੈ, ਜਿਹੜੀ ਸਾਡੀ ਟ੍ਰਾਂਸਪੇਰੈਂਸੀ ਅੱਜ ਇਹੀ ਸਾਨੂੰ ਇਸ ਮੁਕਾਮ ਤੱਕ ਲੈ ਕੇ ਆਈ ਆ। ਜੋ ਇੰਨੇ ਸਾਲਾਂ 'ਚ ਅਸੀਂ ਇੱਕੋ ਇੱਕ ਕਦਮ ਜਿਹੜਾ ਚੱਕਿਆ ਸੀ ਸੇਵਾ ਦਾ, ਵੀ ਕਿਸੇ ਵੀ ਧਰਮ ਦੇ ਉੱਤੇ ਕਿਸੇ ਵੀ ਜਾਤ ਨੂੰ ਲੈ ਕੇ ਅਸੀਂ ਸੇਵਾ ਨਹੀਂ ਕਰਨੀ, ਸਾਡੇ ਲਈ ਹਰ ਇੱਕ ਧਰਮ, ਹਰ ਇੱਕ ਜਾਤ ਪਾਤ, ਹਰ ਇੱਕ ਦੇਸ਼ ਸਾਡੇ ਲਈ ਬਰਾਬਰ ਹੈ। ਅਤੇ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਮਨੁੱਖਤਾ ਦੀ ਸੇਵਾ ਖਾਲਸਾ ਏਡ ਵੱਲੋਂ ਚਲਾਈ ਜਾ ਰਹੀ ਹੈ, ਅਤੇ
ਮੈਨੂੰ ਐਂ ਲੱਗਦਾ ਕਿ ਜਿਹੜੇ ਅੱਜ ਖਾਲਸਾ ਏਡ ਨਾਲ ਜੁੜ ਰਹੇ ਨੇ ਉਹਨਾਂ ਨੂੰ ਇੱਕ ਚੀਜ਼ ਜੋ ਸਾਨੂੰ ਸੁਣਨ ਨੂੰ ਮਿਲਦੀ ਆ ਉਹ ਇਸ ਕਰਕੇ ਜੁੜਦੇ ਨੇ ਕਿ ਇਹ ਤੁਹਾਡਾ ਨਾ ਹੀ ਕੋਈ ਪੋਲੀਟੀਕਲ ਪਾਰਟੀ ਨਾਲ ਐਫੀਲੇਸ਼ਨ ਹੈ, ਨਾ ਹੀ ਤੁਹਾਡਾ ਕੋਈ ਰਿਲੀਜੀਅਸ ਪਾਰਟੀਆਂ ਨਾਲ ਐਫੀਲੇਸ਼ਨ ਹੈ, ਕਿ ਤੁਸੀਂ ਸਿਰਫ ਅਤੇ ਸਿਰਫ ਆਪਣੇ ਫੋਕਸਡ ਵੇ ਦੇ ਵਿੱਚ ਚੱਲ ਰਹੇ ਹੋ ਅਤੇ ਇਹੀ ਅੱਜ ਲੋੜ ਹੈ ਕਿ ਅਸੀਂ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਪਹਿਲਾਂ ਇਨਸਾਨ ਬਣੀਏ। ਸਾਨੂੰ ਜ਼ਿਆਦਾ ਲੋੜ ਹੈ ਕਿ ਅਸੀਂ ਇਨਸਾਨੀਅਤ ਦਾ ਦਰਦ ਸਮਝ ਸਕੀਏ। ਅੱਜ ਚਾਹੇ ਇਹਨਾਂ ਦਾ ਪਿੰਡ ਪੂਰਾ 5-star ਪਿੰਡ ਆ, ਪਰ ਤਾਂ ਵੀ ਇਹਨਾਂ ਨੇ ਉਹਨਾਂ ਇਨਸਾਨਾਂ ਬਾਰੇ ਸੋਚਿਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਰੇੜਾਂ ਆਈਆਂ ਅਤੇ ਉਹ ਬਾਹਰ ਮੰਜੇ ਡਾ ਕੇ ਬੈਠੇ ਨੇ, ਅਤੇ ਇਹ ਬਹੁਤ ਵੱਡੀ ਚੀਜ਼ ਹੈ। ਸ਼ਾਇਦ ਸਾਨੂੰ ਇੱਥੇ ਖੜਿਆਂ ਨੂੰ ਨਹੀਂ ਮਹਿਸੂਸ ਹੋਏਗੀ, ਪਰ ਜਿਨ੍ਹਾਂ ਨੇ 1-1 ਰੁਪਏ ਤੋਂ ਲੈ ਕੇ ਲੱਖਾਂ ਰੁਪਇਆ ਅੱਜ ਡੋਨੇਸ਼ਨ 'ਚ ਦਿੱਤਾ, ਅਤੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹ ਪੈਸਾ ਉਹਨਾਂ ਪਰਿਵਾਰਾਂ ਤੱਕ ਪਹੁੰਚਾ ਸਕੀਏ, ਅਤੇ ਉਹਨਾਂ ਸਾਰੇ ਆਈਡੀਆਜ਼ ਨੂੰ ਸੋਚ ਕੇ ਅਸੀਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਜਿਹੜੇ ਆਪਣੇ ਸਾਰੇ ਪ੍ਰੋਜੈਕਟਸ ਨੇ ਉਹ ਪਲਾਨ ਕਰਦੇ ਪਏ। ਗੱਲ ਤੁਸੀਂ 1 ਰੁਪਏ ਦੀ ਕੀਤੀ ਹੈ ਕਿ ਐਵੇਂ ਦੀਆਂ ਡੋਨੇਸ਼ਨਸ ਨੂੰ ਵੀ ਕਬੂਲ ਕਰਦੀ ਹੈ ਜੀ ਖਾਲਸਾ ਏਡ? 5-10 ਰੁਪਏ ਆ ਜਾਂਦੇ? ਹਾਂਜੀ, ਸਾਡੇ ਲਈ ਪੈਸੇ ਦੀ ਡੋਨੇਸ਼ਨ ਤਾਂ ਚਲੋ ਜੋ ਵੀ ਜਿੰਨੀ ਜਿਹਦੀ ਸ਼ਰਧਾ ਜਾਂ ਜਿੰਨੀ ਜਿਹਦੀ ਕਪੈਸਿਟੀ ਆ ਉਹ ਕਰ ਰਿਹਾ, ਬਟ ਸਾਡੇ ਲਈ ਫਿਜ਼ੀਕਲੀ ਡੋਨੇਸ਼ਨ ਵੀ ਬਹੁਤ ਮਾਇਨੇ ਰੱਖਦੀ ਹੈ। ਅੱਜ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਤਕਰੀਬਨ 600 ਤੋਂ 700 ਵੋਲੰਟੀਅਰ ਨੇ ਸਾਡੇ ਨਾਲ ਹੁਣ ਤੱਕ ਕੰਮ ਕੀਤਾ ਅਤੇ ਜਿਹੜੇ ਕਰ ਰਹੇ ਨੇ, ਅਤੇ ਉਹ ਸਾਰੇ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਹੁਣ ਵੀ ਜਿਹੜੀ ਟੀਮ ਖੜ੍ਹੀ ਹੈ, ਕੋਈ ਕਿੱਥੋਂ ਆਇਆ, ਕਿਹਦਾ ਕੋਈ ਬਿਜ਼ਨਸ ਹੈ, ਕਿਹਦੀ ਕੋਈ ਆਪਣਾ ਜੋਬ ਕਰ ਰਿਹਾ, ਕੋਈ ਭਾਈ ਸਾਹਿਬ ਖੜ੍ਹੇ ਆ ਵਕੀਲ ਨੇ ਹਾਈ ਕੋਰਟ 'ਚ, ਸੋ ਇਹ ਆਪਣੀ ਛੁੱਟੀਆਂ ਲੈ ਕੇ ਸਾਡੇ ਨਾਲ ਸੇਵਾ ਕਰਨ ਆਉਂਦੇ ਨੇ। ਸੋ ਇਹ ਆਈ ਥਿੰਕ ਇਹ ਪੈਸੇ ਨਾਲੋਂ ਵੀ ਬਹੁਤ ਵੱਡਾ, ਮਤਲਬ ਅਸੀਂ ਕੰਪੈਰੀਜ਼ਨ ਹੀ ਨਹੀਂ ਕਰ ਸਕਦੇ। ਸੋ ਇਹੀ ਜਿਹੜੀ ਡੈਡੀਕੇਸ਼ਨ ਹੈ ਇਹ ਸਾਡੀ ਰੀੜ ਦੀ ਹੱਡੀਆਂ ਨੇ ਸਾਡੇ ਸੇਵਾਦਾਰ, ਅਤੇ ਸੇਵਾਦਾਰ ਹੀ ਉਹਨਾਂ ਦੇ ਕਰਕੇ ਹੀ ਅੱਜ ਆਪਾਂ ਉਰੇ ਖੜ੍ਹੇ ਹਾਂ, ਦਸਵੰਧ ਲੈ ਰਹੇ ਹਾਂ। ਜੇ ਸੇਵਾਦਾਰੀ ਨਾ ਹੁੰਦੇ ਤਾਂ ਸੇਵਾ ਨਾ ਹੁੰਦੀ, ਜੇ ਸੇਵਾ ਨਾ ਹੁੰਦੀ ਹੈ ਦਸਵੰਧ ਨਾ ਹੁੰਦਾ, ਅਸੀਂ ਇਕੱਠੇ ਨਾ ਹੁੰਦੇ। ਇਹ ਸਾਰੀ ਚੇਨ ਸਿਸਟਮ ਹੈ, ਇਹ ਅੱਜ ਪੰਜਾਬ ਦੇ ਵਿੱਚ ਨਹੀਂ, ਅੱਜ ਪੂਰੇ ਵਰਲਡ ਦੇ ਵਿੱਚ ਜਿਵੇਂ ਇਹ ਕਾਫਲਾ ਖਾਲਸਾ ਏਡ ਦਾ ਵੱਧ ਰਿਹਾ, ਇਹ ਸ਼ਾਇਦ ਇੱਕ ਇੰਸਟੀਟਿਊਟ ਸੈਟਅਪ ਹੋ ਗਿਆ ਕਿ ਸੰਗਤ ਨੂੰ ਪਹਿਲਾਂ ਕੋਈ ਪਲੇਟਫਾਰਮ ਨਹੀਂ ਸੀ ਲੱਭਦਾ ਕਿ ਅਸੀਂ ਕਿੱਥੇ ਜਾ ਕੇ ਕਿਹਨੂੰ ਦਈਏ, ਕਿਵੇਂ ਕਰੀਏ। ਕਰਨਾ ਤਾਂ ਸਾਰੇ ਚਾਹੁੰਦੇ ਨੇ, ਅੱਜ ਇੱਕ ਪਿੰਡ ਦੇ ਵਿੱਚੋਂ 10 ਲੱਖ ਰੁਪਏ ਇਕੱਠਾ ਕਰਨਾ ਕੋਈ ਛੋਟੀ ਚੀਜ਼ ਨਹੀਂ ਹੈ, ਬਹੁਤ ਹੀ ਵੱਡੀ ਚੀਜ਼ ਹੈ। ਅਤੇ ਉਹ ਕਿਵੇਂ ਹੋ ਰਿਹਾ? ਇਹਨਾਂ ਨੂੰ ਪਲੇਟਫਾਰਮ ਲੱਭਿਆ, ਇਹਨਾਂ ਨੇ ਚੁਣਿਆ, ਇਹਨਾਂ ਨੇ ਸਲਾਹਾਂ ਕੀਤੀਆਂ, ਮੀਟਿੰਗਾਂ ਕੀਤੀਆਂ। ਸਾਨੂੰ ਬਹੁਤ ਖੁਸ਼ੀ ਹੋਈ ਕਿ ਇਹ ਸਾਡੇ ਦਫ਼ਤਰ ਦੇ ਵਿੱਚ ਆ ਕੇ ਸਾਨੂੰ ਕੁਐਸਚਨ ਕੀਤਾ ਕਿ ਤੁਹਾਡਾ ਪਲਾਨ ਕੀ ਹੈ, ਕਿਵੇਂ ਤੁਸੀਂ ਲਗਾਓਗੇ, ਕੀ ਤੁਸੀਂ ਕਰ ਚੁੱਕੇ, ਅੱਗੇ ਕੀ ਕਰਨਾ। ਸੋ ਇਹੀ ਲੋੜ ਹੈ ਕਿ ਅਸੀਂ ਕੁਐਸਚਨਸ ਕਰੀਏ ਕਿ ਦਸਵੰਧ ਕਿਵੇਂ ਲੱਗਣਾ, ਇਸਦੀ ਟ੍ਰਾਂਸਪੇਰੈਂਸੀ ਕਿੱਦਾਂ ਰਹੂਗੀ। ਹੁਣ ਸਾਡਾ ਅਕਾਊਂਟਿੰਗ ਦਾ ਅਲੱਗ ਸਿਸਟਮ ਹੈ, ਅਸੀਂ ਹਰ ਸਾਲ ਜਦੋਂ ਸਾਡਾ ਅਕਾਊਂਟਸ ਹੁੰਦਾ ਅਸੀਂ ਔਨਲਾਈਨ ਚੜਾ ਦਿੰਦੇ ਹਾਂ ਕਿ ਤੁਸੀਂ ਜਿਹੜੇ ਸੰਗਤ ਨੇ ਪੈਸੇ ਦਿੱਤੇ ਹੈ ਤੁਸੀਂ ਦੇਖੋ ਕਿ ਕਿਹੜੇ ਪ੍ਰੋਜੈਕਟ 'ਤੇ ਕਿੰਨਾ ਪੈਸਾ ਲੱਗਿਆ, ਕਿੰਨਾ ਸਾਡੇ ਕੋਲ ਬਚਿਆ, ਕਿੰਨਾ ਸਾਡਾ ਐਡਮਿਨਿਸਟ੍ਰੇਸ਼ਨ ਕੋਸਟ ਲੱਗੀ, ਕਿੰਨਾ ਉਹ ਪਰਿਵਾਰਾਂ ਤੱਕ ਪਹੁੰਚਿਆ, ਕਿਹੜੇ ਕਿਹੜੇ ਪ੍ਰੋਜੈਕਟ 'ਤੇ ਪੂਰੇ ਵਰਲਡ ਦੇ ਵਿੱਚ ਕਿੰਨੇ ਕਿੰਨੇ ਪੈਸੇ ਲੱਗੇ। ਸੋ ਇਹੀ ਟ੍ਰਾਂਸਪੇਰੈਂਸੀ ਦੇ ਨਾਲ ਅਸੀਂ ਅੱਗੇ ਵੱਧ ਰਹੇ ਜੀ। ਕਹਿਣਾ ਤਾਂ ਨਹੀਂ ਚਾਹੀਦਾ ਪਰ ਬਦਨਾਮ ਕਰਨ ਵਾਲੇ ਕਰੀ ਜਾਂਦੇ ਨੇ ਜੀ, ਪਰ ਲੋਕ ਵਿਸ਼ਵਾਸ ਕਰਦੇ ਨੇ, ਸੰਗਤਾਂ ਵਿਸ਼ਵਾਸ ਕਰਦੇ। ਦੇਖੋ, ਹਰ ਇੱਕ ਦਾ ਆਪਣਾ ਸੁਭਾਅ ਹੈ, ਆਪਣੀ ਜੋਬ ਹੈ, ਜੋ ਤੁਹਾਨੂੰ ਚੰਗਾ ਲੱਗ ਰਿਹਾ ਤੁਸੀਂ ਕਰੋ। ਜਿਹੜੀ ਸੰਗਤ ਵਿਸ਼ਵਾਸ ਕਰ ਰਹੀ ਹੈ ਉਹਨਾਂ ਦੇ ਵਿਸ਼ਵਾਸ ਕਰਕੇ ਅੱਜ ਖਾਲਸਾ ਏਡ ਵੱਧ ਰਹੀ ਹੈ, ਬਟ ਜਿਹੜੇ ਚੰਦ ਜੇ ਲੋਕ ਘਰਾਂ ਬੈਠੇ ਸਿਰਫ ਸੋਸ਼ਲ ਮੀਡੀਆ ਦੇ ਜ਼ਰੀਏ ਕਮੈਂਟਬਾਜ਼ੀ ਕਰਨ ਨੂੰ ਨੇ, ਅਤੇ ਅਸੀਂ ਤਾਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲਈ ਅਰਦਾਸ ਵੀ ਕਰਦੇ ਹਾਂ ਕਿ ਸ਼ਾਇਦ ਉਹਨਾਂ ਦੀ ਸੋਚ ਮਹਾਰਾਜ ਕਿਸੇ ਟਾਈਮ ਚੰਗੀ ਕਰਨ ਅਤੇ ਉਹ ਵੀ ਸਾਡੇ ਨਾਲ ਆ ਕੇ ਸੇਵਾ ਕਰ ਸਕਣ। ਗੱਲ ਤੁਸੀਂ ਸੇਵਾਦਾਰਾਂ ਦੀ ਕੀਤੀ ਸੀ, ਸੱਚਮੁੱਚ ਸੇਵਾ ਕਰਨਾ ਔਰ ਸੇਵਾਦਾਰਾਂ ਨੂੰ ਇਹਨਾਂ ਸੰਗਤੀ ਰੂਪ ਦੇ ਵਿੱਚ ਜੋ ਸੇਵਾਦਾਰ ਖਾਲਸਾ ਏਡ ਦੇ ਨਾਲ ਜੁੜੇ ਉਹਨਾਂ ਨੂੰ ਵੀ ਸਲਾਮ ਹੈ, ਕਿਉਂਕਿ ਇਹ ਪਿੰਡ ਨੇ ਇਸ ਕਰਕੇ 10,11,000 ਦੇ ਤਾ ਕਿਉਂਕਿ ਇਹਨਾਂ ਕੋਲ ਸਮਾਂ ਹੀ ਨਹੀਂ ਹੈਗਾ, ਪਰ ਸਮਾਂ ਕੱਢਣ ਵਾਲੇ ਵੀ ਫਿਰ ਤਕੜੇ ਬਲਵਾਨ ਹੋਏ ਨਾ, ਜਿਹੜੇ ਆਪਣੇ ਬਿਜ਼ਨਸ ਵੀ ਕਰਦੇ ਨੇ ਅਤੇ ਸੇਵਾ ਲਈ ਸਮਾਂ ਵੀ ਦਿੰਦੇ ਨੇ। ਵੀਰ ਜੀ, ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ 1 ਰੁਪਏ ਵਾਲੀ ਉਹ ਘਟਨਾ ਦੱਸੀ ਸੀ, ਉਹ ਜ਼ਰੂਰ ਸ਼ੇਅਰ ਕਰੋ। ਹਾਂਜੀ, ਮੈਂ ਇਹ ਦੱਸ ਰਿਹਾ ਸੀ ਕਿ ਮੈਂ ਪਿਛਲੇ ਹਫ਼ਤੇ ਦਫ਼ਤਰ ਦੇ ਵਿੱਚ ਬੈਠਾ, ਆਪਣੇ ਅਕਾਊਂਟੈਂਟ ਨਾਲ ਸਾਰੇ ਅਸੀਂ ਅਕਾਊਂਟਸ ਚੈੱਕ ਕਰ ਰਹੇ ਸੀ, ਅਤੇ ਉਸ ਦੇ ਵਿੱਚੋਂ ਤਕਰੀਬਨ 300 ਤੋਂ ਵੱਧ ਸੱਜਣ ਇਹੋ ਜਿਹੇ ਨਿਕਲੇ ਜਿਨ੍ਹਾਂ ਨੇ ਸਾਨੂੰ ਸਾਡੇ ਖਾਤੇ ਦੇ ਵਿੱਚ 1-1 ਰੁਪਏ ਡੋਨੇਸ਼ਨ ਪਾਈ। ਸੋ ਮਤਲਬ ਮੈਨੂੰ ਦੇਖਦੇ ਹੀ ਅੱਖਾਂ 'ਚ ਅੱਥਰੂ ਜਿਹੇ ਆ ਗਏ ਕਿ ਵੀ ਇੰਨਾ ਵਿਸ਼ਵਾਸ, ਇੰਨਾ ਪਿਆਰ ਸੰਗਤ ਦੇ ਰਹੀ ਹੈ, ਵੀ 1 ਰੁਪਏ ਡੋਨੇਸ਼ਨ ਸਾਡੇ ਲਈ ਉਹ ਮਤਲਬ ਕੋਈ ਕੰਪੈਰੀਜ਼ਨ ਨਹੀਂ ਉਹਦਾ, ਅਗਰ ਮੈਂ ਕਰੋੜਾਂ ਨਾਲ ਵੀ ਕੰਪੈਰੀਜ਼ਨ ਕਰ ਲਾਂ ਕੁਛ ਵੀ ਨਹੀਂ ਹੈ, ਕਿ ਉਹਨਾਂ ਨੇ ਇੰਨਾ ਵਿਸ਼ਵਾਸ, ਇੰਨਾ ਪਿਆਰ ਦਿੱਤਾ। ਸੋ ਆਹ ਜਿਹੜੀ ਵਰਾਇਟੀ ਆਫ ਡੋਨੇਸ਼ਨਸ ਨੇ, ਚਾਹੇ ਉਹ 1 ਰੁਪਏ, ਚਾਹੇ ਉਹ 10 ਲੱਖ ਹੈ, ਚਾਹੇ ਉਹ 10 ਕਰੋੜ ਹੈ, ਇਹੀ ਅੱਜ ਸਾਡੀ ਬੈਕਬੋਨ ਨੇ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਸਾਨੂੰ ਅੱਜ ਅਮਾਊਂਟ ਨਹੀਂ ਮੈਟਰ ਕਰਦੀ, ਠੀਕ ਹੈ ਜਿੱਥੇ ਪੈਸੇ ਨੇ ਕੰਮ ਕਰਨਾ ਉੱਥੇ ਪੈਸੇ ਨਹੀਂ ਕਰਨਾ, ਬਟ ਇਹੋ ਜਿਹੇ ਸੱਜਣ ਵੀ ਹੈ ਕਿ ਜਿਨ੍ਹਾਂ ਦੀ ਜਿੰਨੀ ਕਪੈਸਿਟੀ ਉਹ ਦੇ ਰਹੇ ਨੇ, ਚਾਹੇ ਉਹ 1 ਰੁਪਏ ਕਿਉਂ ਨਾ ਦੇਵੇ। ਸੋ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਜੀ। ਸ਼ੁਰੂਆਤ ਕਰਨੀ ਕਹਿੰਦੇ ਬੜੀ ਔਖੀ ਹੁੰਦੀ ਹੈ, ਪਰ ਸ਼ੁਰੂਆਤ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਮੋਹਰੀ ਬਣ ਜਾਂਦੇ ਨੇ। ਪਰਮਾਤਮਾ ਜਦੋਂ ਸੇਵਾ ਲੈਂਦਾ ਹੈ ਤਾਂ ਸੇਵਾ ਦੀ ਸ਼ੁਰੂਆਤ ਵੀ ਕੋਈ ਕਰਦਾ, ਤਾਂ ਇਸ ਪਿੰਡ ਦੇ ਵਿੱਚ ਜੋ ਸੇਵਾ ਦਾ ਜਿਹੜਾ ਇਹ ਸ਼ੁਰੂਆਤ ਕੀਤੀ ਸੀ ਉਹ ਲਵਪ੍ਰੀਤ ਵੀਰ ਜੀ ਅਤੇ ਵੀਰ ਜੀ ਹੋਰੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਕਿਉਂਕਿ ਆਪਾਂ ਜਿਹੜਾ ਇਹ ਇਸ ਟਾਈਮ ਭਾਣਾ ਵਰਤ ਰਿਹਾ ਕਿਸੇ ਨਾਲ ਵੀ ਵਾਪਰ ਸਕਦਾ, ਅਤੇ ਜੋ ਉੱਥੇ ਦੇ ਹਾਲਾਤ ਅਸੀਂ ਦੇਖੇ ਜਾ ਕੇ ਬਹੁਤ ਮਾੜੇ ਸੀਗੇ ਕਿ ਸਾਡੇ ਪਿੰਡ 'ਚੋਂ ਅੱਗੇ ਬਹੁਤ ਜ਼ਿਆਦਾ ਸੇਵਾਵਾਂ ਚੱਲ ਰਹੀਆਂ, ਸਾਰੇ NRA ਵੀਰੇ ਸਾਥ ਦਿੰਦੇ ਆ ਅਤੇ ਬਹੁਤ ਜ਼ਿਆਦਾ ਅੱਗੇ ਵੀ ਕੰਮ ਹੋ ਰਹੇ। ਅਤੇ ਇਸ ਬਾਰੇ ਪਹਿਲਾਂ ਤਾਂ ਮੈਂ ਸਟੀਵਨ ਵੀਰ ਜੀ ਅਸੀਂ ਦੋਨਾਂ ਨੇ ਇਕੱਠਿਆਂ ਰਾਇ ਕੀਤੀ ਕਿ ਚਲੋ ਸਾਡਾ ਵੀ ਫਰਜ਼ ਬਣਦਾ, ਅਸੀਂ ਵੀ ਕੰਮ ਕਰੀਏ ਇਸ ਬੇਸ 'ਤੇ। ਅਤੇ ਅਸੀਂ ਫਿਰ ਸੋਚਿਆ ਕਿ ਜੇ ਇਕੱਲੇ ਕੀਤੇ ਤਾਂ ਇਕੱਲਾ ਬੰਦਾ ਕੁਛ, ਇੱਕ ਤਾਂ 2-11 ਹੋ ਜਾਂਦੇ ਆ। ਇਸੇ ਤਰ੍ਹਾਂ ਅਸੀਂ ਤੁਰੇ ਹਾਂ ਅਤੇ ਉਦੋਂ ਬਾਅਦ 'ਚ ਅਸੀਂ ਜਾ ਕੇ ਆਪਣੇ ਗਰਾਊਂਡ ਦੇ ਮੁੰਡੇ ਸੀਗੇ ਕਬੱਡੀ ਵਾਲੇ, ਉਹਨਾਂ ਨਾਲ ਸਲਾਹ ਕੀਤੀ। ਉਦੋਂ ਬਾਅਦ 'ਚ ਆਪਣੇ ਜਿੰਨੇ ਪੋਲੀਟੀਕਲ ਪਾਰਟੀਆਂ ਸੀ ਸਾਰਿਆਂ ਨੇ ਸਾਡਾ ਸਾਥ ਦਿੱਤਾ। ਇਕੱਲੇ ਇਕੱਲੇ ਕੋਲ ਜਾ ਕੇ ਅਸੀਂ ਬੇਨਤੀ ਕੀਤੀ ਕਿੱਦਾਂ ਕਰਨਾ ਚਾਹੁੰਦੇ, ਉਹਨਾਂ ਨੇ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਅਤੇ ਉਸ ਤੋਂ ਬਾਅਦ 'ਚ ਆਪਣੇ ਗੁਰਦੁਆਰਾ ਸਾਹਿਬ, ਮੰਦਰ ਦੀਆਂ ਕਮੇਟੀਆਂ, ਹੋਰ ਜਿੰਨੀਆਂ ਸੁਸਾਇਟੀਆਂ, ਸਾਰਿਆਂ ਨੇ ਵੱਧ ਤੋਂ ਵੱਧ ਸਾਥ ਦਿੱਤਾ। ਅਤੇ ਉਹਦੇ ਵਿੱਚ ਕਿਸੇ ਗੁਰੂ ਘਰ ਦੀਆਂ ਗੋਲਕਾਂ ਆਪਣੇ ਹੜ੍ਹ ਪੀੜਤਾਂ ਲਈ ਖੋਲ੍ਹ ਦਿੱਤੀਆਂ ਉਹਨਾਂ ਨੇ, ਕਿਸੇ ਨੇ 50,000 ਦਿੱਤਾ, ਕਿਸੇ ਨੇ 10,000 ਦਿੱਤਾ, ਜਿੰਨਾ ਉਹਨਾਂ ਦੀ ਗੋਲਕ 'ਚੋਂ ਸੀਗਾ ਉਹਨਾਂ ਨੇ ਯੋਗਦਾਨ ਪਾਇਆ। ਤਾਂ ਅਸੀਂ ਵੀ ਇਹ ਸਾਰਾ ਪਿੰਡ ਨੇ, ਨਗਰ ਨੇ ਰਲ ਕੇ ਇਸ ਕੰਮ ਕੀਤਾ, ਸਾਰੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਸੰਸਥਾਵਾਂ ਨੇ ਅਪਰੋਚ ਸੰਸਥਾਵਾਂ ਤੱਕ ਜਾਂ ਗੁਰਦੁਆਰਾ ਕਮੇਟੀਆਂ ਤੱਕ, ਪੰਚਾਇਤਾਂ ਤੱਕ ਹੋਈ ਜਾਂ ਆਮ ਲੋਕਾਂ ਤੱਕ, ਘਰ ਘਰ ਵੀ ਇਹ ਅਨਾਊਂਸਮੈਂਟਾਂ ਹੁੰਦੀਆਂ ਰਹੀਆਂ ਜੀ? ਬਿਲਕੁਲ ਭਾਅ ਜੀ, ਜਦੋਂ ਅਸੀਂ ਸ਼ੁਰੂ ਕੀਤਾ ਸਾਰੇ ਅਸੀਂ ਮੀਟਿੰਗ ਕੀਤੀ, ਗੁਰਦੁਆਰਾ ਸਾਹਿਬ ਰੱਖਿਆ ਕਿ ਆਪਾਂ ਇਸ ਤਰੀਕੇ ਆਪਾਂ ਕੰਮ ਕਰਨਾ ਸ਼ੁਰੂ, ਜਿਹੜਾ ਅਸੀਂ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਅਤੇ ਪਿੰਡ ਦੇ ਇਕੱਲੇ ਇਕੱਲੇ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਅਸੀਂ ਮਾਇਆ ਲਈ ਡੋਨੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ। ਉਹਦੇ ਵਿੱਚ ਸਾਰੇ ਵੀਰਾਂ ਨੇ ਸਾਥ ਦਿੱਤਾ। ਰੋਜ਼ ਅਸੀਂ ਦਿਹਾੜੀ ਦੇ 2 ਘੰਟੇ ਰੱਖਦੇ ਹੁੰਦੇ ਸੀ ਸ਼ਾਮ ਜਾਂ ਸਵੇਰ ਨੂੰ, ਉਹ ਸਾਰਾ ਕੰਮ ਅਸੀਂ ਉੱਥੇ ਜਾ ਕੇ ਘਰ ਘਰ ਜਾ ਕੇ ਡੋਨੇਸ਼ਨ ਸਾਡੀ ਜਿਹੜੀ ਇਕੱਠੀ ਕੀਤੀ। ਅਤੇ ਉਦੋਂ ਬਾਅਦ ਸਾਡੇ NRA ਵੀਰਾਂ ਨੇ ਵੱਧ ਤੋਂ ਵੱਧ ਸਾਥ ਦਿੱਤਾ ਅਤੇ ਹੁਣ ਵੀ ਸਾਨੂੰ ਅੱਗੇ ਵੀ ਮਾਇਆ ਭੇਜ ਰਹੇ ਆ। ਅਤੇ ਹੁਣ ਸਾਡੀ ਜਿਹੜੀ ਪਹਿਲੀ ਕਿਸ਼ਤ ਸੀਗੀ ਅਸੀਂ 10,11,000 ਦੀ ਖਾਲਸੇੜ ਨੂੰ ਦੇ ਰਹੇ ਹਾਂ। ਇਹਦੇ ਵਿੱਚ ਸਾਨੂੰ ਯਕੀਨ ਹੈ ਕਿ ਖਾਲਸੇੜ ਕੰਮ ਕਰਦੀ ਹੈ। ਅਸੀਂ ਉੱਥੇ ਆਪ ਵੀ ਖੁਦ ਵੀ ਜਾ ਕੇ ਦੇਖਿਆ ਕਿਉਂਕਿ ਉੱਥੇ ਜਿਹੜੇ ਹਾਲਾਤ ਆ ਬਹੁਤ ਮਾੜੇ, ਕਿਉਂਕਿ ਉਸ ਟਾਈਮ ਆਪਣੇ ਪੰਜਾਬੀਆਂ ਨੂੰ ਆਦਤ ਆ ਜਦੋਂ ਕਿਸੇ ਬੰਨੇ ਤੁਰਨਾ ਇਕੱਠੇ ਹੀ ਤੁਰਨਾ, ਉਦੋਂ ਬਾਅਦ ਬੰਦ ਹੋਣਾ ਤਾਂ ਇਕੱਠੇ ਹੀ ਬੰਦ ਹੋ ਜਾਣਾ। ਅਤੇ ਉਹਦੇ ਵਿੱਚ ਇਹ ਸੀਗਾ ਕਿ ਉਸ ਟਾਈਮ ਤਾਂ ਆਪਣੇ ਰਾਸ਼ਨ ਮਾਰੀ ਦੀ ਕਿਰਪਾ ਨਾਲ ਬਹੁਤ ਗਿਆ, ਲੰਗਰ ਵੀ ਲੱਗੇ, ਉਹ ਬਾਅਦ 'ਚ ਵੇਸਟੇਜ ਵੀ ਹੋਣ ਲੱਗ ਪਈ। ਉਸ ਟਾਈਮ ਅਸੀਂ ਸਾਰੇ ਆਪਣੇ ਜਿੰਨੇ ਵੀਰ ਸੀਗੇ ਸਾਰਿਆਂ ਨੇ ਅਸੀਂ ਮੀਟਿੰਗ ਕੀਤੀ ਕਿ ਹਾਂ ਕਿ ਜਿਹੜਾ ਆਪਾਂ ਇਹ ਜਿਹੜਾ ਆਪਣਾ ਫੰਡ ਇਕੱਠਾ ਕਰਨਾ ਵਾ, ਇਹ ਆਪਾਂ ਅੱਜ ਤੋਂ 15-20 ਦਿਨ ਬਾਅਦ ਲਾਉਣਾ। ਆਪਾਂ ਦੇਖਣਾ ਕਿ ਉੱਥੇ ਕੀ ਸਿਚੁਏਸ਼ਨ ਆ, ਜਿਹਨੂੰ ਲੋੜਵੰਦ ਹੋਊਗਾ ਉਹਨੂੰ ਹੀ ਆਪਾਂ ਜਾ ਕੇ ਹਿਮਾਇਆ ਦੇਣੀ ਹੈ ਜਾਂ ਉਹਨਾਂ ਨੂੰ ਕੋਈ ਚੀਜ਼ ਲੈ ਕੇ ਦੇਣੀ ਜਾਂ ਉਹਨਾਂ ਦੇ ਘਰ ਬਣਾ ਕੇ ਦੇਣੇ। ਉਸ ਤੋਂ ਬਾਅਦ ਫਿਰ ਅਸੀਂ ਸਾਰੇ ਜਣੇ ਜਾ ਕੇ ਖਾਲਸੇੜ ਨਾਲ ਵੀ ਇੱਕ ਦਿਨ ਜਾ ਕੇ ਅਸੀਂ ਕੰਮ ਕੀਤਾ। ਸਾਨੂੰ ਇਹਨਾਂ ਦੇ ਜਿਹੜੇ ਪਲਾਨ ਸੀਗੇ, ਇਹਨਾਂ ਦਾ ਕੰਮ ਕਰਨ ਦਾ ਤਰੀਕਾ ਜਾਂ ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਸੀਗਾ ਕਿ ਸਾਨੂੰ ਲੱਗਾ ਕਿ ਸਾਡੇ ਨਾਲ ਜ਼ਿਆਦਾ ਬੈਟਰ ਆ ਜਿਹੜੀ ਖਾਲਸੇੜ ਕਰ ਸਕਦੀ। ਜਿਹੜੀ ਆਪਾਂ ਟਾਈਮ ਦੀ ਗੱਲ ਕੀਤੀ, ਟਾਈਮ ਤਾਂ ਭਾਅ ਜੀ ਹੈ ਬਲ, ਪਰ ਇਹਦੇ ਵਿੱਚ ਇਹ ਸਾਡਾ ਉੱਥੇ ਤਾਂ ਦਿਮਾਗ ਨਹੀਂ ਜਾਣਾ, ਸਾਡਾ ਉੱਥੇ ਤਾਂ ਐਕਸਪੀਰੀਅੰਸ ਹੈ ਨਹੀਂ ਸਾਨੂੰ ਉਹ ਚੀਜ਼ ਦਾ, ਕਿਉਂਕਿ ਜੇ ਆਪਾਂ ਗੱਲ ਕਰੀਏ ਸਾਰੇ ਲੋਕ ਇੱਕੋ ਜਿਹੇ ਵੀ ਨੇਗੇ, ਕਿਤੇ ਕੋਈ ਆ ਉਹਦਾ ਨਜਾਇਜ਼ ਫਾਇਦਾ ਵੀ ਲੈ ਜਾਂਦਾ। ਕਿਉਂ ਖਾਲਸੇੜ ਪੂਰੇ ਤਰੀਕੇ ਨਾਲ ਚੱਲਦੀ ਹੈ, ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਸੰਸਥਾ ਕਿ ਜਿਹੜੀ ਹਰੇਕ ਥਾਂ ਪਹੁੰਚ ਕੇ ਲੋਕਾਂ ਦੀ ਸੇਵਾ ਕਰਦੀ ਹੈ। ਲੋਕ ਤਾਂ ਕਹਿੰਦੇ ਜੀ ਅਮਰਪ੍ਰੀਤ ਸਿੰਘ ਔਰ ਰਵੀ ਸਿੰਘ ਜੀ ਲੁੱਟਣ 'ਤੇ ਹੋਏ ਪਏ ਨੇ ਜੀ, ਪੈਸਾ ਇਕੱਠਾ ਕਰ ਲਿਆ ਜੀ, ਇਹ ਵੀਡੀਓਜ਼ ਆ ਰਹੀਆਂ ਜੀ ਉਹਨਾਂ ਦੀਆਂ ਤਾਂ। ਬਿਲਕੁਲ ਭਾਅ ਜੀ ਸੁਣੀਆਂ, ਪਰ ਇਹ ਉਹ ਲੋਕ ਭਾਅ ਜੀ ਰੌਲਾ ਪਾਉਂਦੇ ਆ ਕਿ ਜਿਹੜੇ ਅੰਦਰ ਬੈਠੇ ਆਪਣੇ ਸੋਸ਼ਲ ਮੀਡੀਆ 'ਤੇ ਸਿਰਫ ਉਹਨਾਂ ਨੇ ਆਪਣੇ ਕਮੈਂਟਸ ਕਰਨੇ ਜਾਂ ਉੱਦਾਂ ਆਪਣੀ ਵੀਡੀਓ ਪਬਲਿਸਿਟੀ ਲਈ ਕਰਨੀਆਂ। ਜੇ ਆਪਾਂ ਗੱਲ ਕਰੀਏ ਜੇ ਉਦੋਂ ਤਾਂ ਕੋਈ ਬੋਲਿਆ ਨਹੀਂ ਕਿ ਜਦੋਂ ਆਪਣੇ ਬਾਹਰਲੇ ਦੇਸ਼ਾਂ 'ਚ ਜਾ ਕੇ ਉੱਥੇ ਮੁਸੀਬਤ ਆਈ, ਉਦੋਂ ਤਾਂ ਕਿਸੇ ਨੇ ਜਾ ਕੇ ਉੱਥੇ ਕਿਹਾ ਨਹੀਂ ਕਿ ਅਸੀਂ ਇੰਨੇ ਪੈਸੇ ਦਿੰਦੇ, ਅਸੀਂ ਜਾ ਕੇ ਉੱਥੇ ਸੇਵਾ ਕਰਦੇ। ਉੱਥੇ ਤਾਂ ਸਿਰਫ ਖਾਲਸਾ ਹੀ ਕਲੇਮ ਵੀ ਨਹੀਂ ਕੀਤਾ ਕਿਸੇ ਨੇ, ਹੁਣ ਪੰਜਾਬ ਵੱਲ ਨੂੰ ਉਦੋਂ ਹੀ ਕਿਉਂ ਹੋਇਆ ਇਹ? ਤਾਂ ਬਿਲਕੁਲ ਆਪਣੇ ਬੰਦਿਆਂ ਨੂੰ ਜੀ ਇੱਕ ਕਰੀਏ ਸੇਵਾ ਵੀ ਨਹੀਂ ਲੈਣੀ ਆਉਂਦੀ ਕਿ ਜੇ ਇੱਕ ਕੋਈ ਬੰਦਾ ਇੱਕ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਹੋਰ ਸੰਸਥਾਵਾਂ ਬਹੁਤ ਜ਼ਿਆਦੀਆਂ ਕੰਮ ਕਰਦੀਆਂ ਤਾਂ ਹੁਣ ਵੀ ਕਰ ਰਹੀਆਂ। ਅਤੇ ਜੇ ਆਪਾਂ ਗੱਲ ਕਰੀਏ ਖਾਲਸਾ ਏਡ ਦੀ ਆ, ਪੂਰੇ ਉਹਨਾਂ ਤੋਂ 20 ਸਾਲ ਦਾ ਐਕਸਪੀਰੀਅੰਸ ਆ, ਕਿਉਂਕਿ ਆਪਣੇ ਕੋਈ ਵੀ ਸੁਸਾਇਟੀ ਚਲਾਉਣੀ ਉਹ ਤਾਂ 20-30 ਬੰਦੇ ਤੋਂ ਕੱਢ ਹੁੰਦੇ। 20 ਸਾਲ ਇੱਕ ਸੰਸਥਾ ਨੂੰ ਲੈ ਕੇ ਚੱਲਣਾ, ਇੱਡੇ ਵੱਡੇ ਲੈਵਲ 'ਤੇ ਚੱਲਣਾ ਬਹੁਤ ਵੱਡੀ ਗੱਲ ਆ ਭਾਅ ਜੀ। ਜੀ ਬਹੁਤ ਵਧੀਆ। ਔਰ ਮੈਂ ਇੱਕ ਵਾਰ ਜ਼ਰੂਰ ਕਹਾਂਗਾ ਕਿ ਪੂਰੇ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਦਿਖਾਇਆ ਜਾਵੇ, ਇਹ ਸਾਰੇ ਵਧਾਈ ਦੇ ਪਾਤਰ ਨੇ। ਕੋਈ ਅੱਗੇ ਆ ਜਾਂਦਾ ਹੁੰਦਾ, ਗੱਲਬਾਤ ਕਰ ਲੈਂਦੇ ਹਾਂ ਆਪਾਂ, ਉਹਨਾਂ ਦੇ ਨਾਲ ਗੱਲਬਾਤ ਹੋ ਜਾਂਦੀ ਹੈ, ਅਤੇ ਬਜ਼ੁਰਗ ਵੀ ਜਿਵੇਂ ਆਏ ਹੋਏ ਨੇ। ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਉਪਰਾਲੇ ਨੂੰ, ਕਿਵੇਂ ਦੀ ਮਹਿਸੂਸ ਹੋ ਰਿਹਾ ਜੀ? ਪਿੰਡ ਬਹੁਤ ਵੱਡੀ ਸੇਵਾ ਦੇ ਰਿਹਾ। ਬਹੁਤ ਵਧੀਆ ਮਹਿਸੂਸ ਹੋ ਰਿਹਾ, ਖਾਸ ਕਰਕੇ ਪਿੰਡ ਦੀ ਸਾਡੇ ਦੀ ਏਕਤਾ ਜੀ, ਇਕੱਠੇ ਹੋ ਕੇ ਕਰ ਰਿਹਾ। ਹੋਰ ਪਾਸਿਆਂ ਨੂੰ ਵੀ ਦੇ ਰਹੇ ਹਾਂ ਰਿਲੀਫ ਫੰਡ, ਪਰ ਇੱਥੇ ਵੀ ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ, ਮੈਂ ਰਾਤੀਂ ਚੰਡੀਗੜ੍ਹੋਂ ਆਇਆ। ਤੇ NRI ਹੋ ਤੁਸੀਂ ਵੀ? ਹਾਂਜੀ, ਕਹਿੰਦੇ NRI-ਆਂ ਦਾ ਪਿੰਡ ਹੈ। ਹਾਂਜੀ ਹੈਗਾ। ਅੱਛਾ ਅੱਛਾ, ਠੀਕ ਹੈ। NRI ਆ। ਤੇ ਬਾਕੀ ਬੜੀ ਖੁਸ਼ੀ ਹੋਈ ਸਾਰਿਆਂ ਨੂੰ ਇਕੱਠਿਆਂ ਨੂੰ ਦੇਖ ਕੇ। ਇਹ ਆ ਗੱਲ, ਜੋ ਮਰਜ਼ੀ ਕਰ ਸਕਦਾ ਸਾਡਾ ਪਿੰਡ। ਜੀ ਜੀ, ਪਾਰਟੀ ਬਾਜ਼ੀ ਤੋਂ ਉੱਠ ਕੇ ਇਹ ਕੰਮ ਹੋਣੇ ਜ਼ਰੂਰੀ ਹੈ। ਪਾਰਟੀ ਬਾਜ਼ੀ ਕੋਈ ਕੱਖ ਨਹੀਂ, ਅੰਦਰ
ਜੈਕਾਰਾ ਛੱਡ ਕੇ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਉਪਰਾਲਾ ਹੈਗਾ ਸਿਦਮਾ ਦੋਨਾਂ ਦੇ ਪਿੰਡਾਂ ਦੇ ਲੋਕਾਂ ਦਾ, ਔਰ ਹੋਰ ਵੀ ਜਿਹੜੇ ਹੈਗੇ ਨੇ ਉਹ ਬਜ਼ੁਰਗ ਔਰ ਆਏ ਹੋਏ ਨੇ, ਤੁਸੀਂ ਕੀ ਕਹਿੰਦੇ ਹੋ ਜੀ ਇਸ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਉਪਰਾਲਾ ਕੀਤਾ ਪਿੰਡ ਦੇ ਨੌਜਵਾਨਾਂ ਨੇ, ਪੰਚਾਇਤ ਨੇ, ਇਹ ਬਹੁਤ ਸ਼ਲਾਘਾਯੋਗ ਕਦਮ ਆ। ਬਾਕੀ ਜੋ ਖਾਲਸਾ ਐਡ ਕਰ ਰਹੀ ਆ ਇਹ ਵੀ ਬਹੁਤ ਸ਼ਲਾਘਾਯੋਗ ਆ। ਬੜਾ ਔਖਾ ਵਾ ਸੇਵਾ ਕਰਨੀ, ਮਨੁੱਖ ਦੀ ਸੇਵਾ ਕਰਨੀ। ਜੋ ਉੱਥੇ ਭਾਣਾ ਵਰਤਿਆ ਹੜ੍ਹ ਪੀੜਤਾਂ ਨਾਲ, ਜੋ ਹੜ੍ਹ ਦੇ ਪਾਣੀ ਨਾਲ ਫੈਕਟਰ ਹੋਏ ਆ, ਉਹਨਾਂ ਦੀ ਜੋ ਮਦਦ ਹੋ ਰਹੀ ਹੈ, ਬਹੁਤ ਵਧੀਆ ਉਪਰਾਲਾ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਕਿ ਸਾਡੇ ਸਾਰੇ ਹੀ ਪੰਚਾਇਤਾਂ ਇਕੱਠੀਆਂ ਜੀ, ਜਿੱਦਾਂ ਲਵਪ੍ਰੀਤ ਨੇ ਦੱਸਿਆ ਆ। ਫਿਰ ਉਸ ਤੋਂ ਵੱਡੀ ਗੱਲ ਆ ਕਿ ਖਾਲਸਾ ਐਡ ਨਾਲ ਅਸੀਂ ਜੁੜੇ। ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੁੰਦੇ ਸੀ, ਸੁਣਦੇ ਹੁੰਦੇ ਸੀਗੇ, ਅਤੇ ਕਦੇ ਸੋਚਿਆ ਨਹੀਂ ਸੀਗਾ ਵੀ ਇਹ ਸਾਡੇ ਪਿੰਡ ਵੀ ਆਉਣਗੇ। ਚਲੋ ਕਿਸੇ ਦੀ ਕਮਾਈ ਆ, ਕਿੱਥੇ ਜਾਣੀ ਆ, ਉਹ ਪਰਮਾਤਮਾ ਨੂੰ ਸਭ ਪਤਾ ਆ। ਅਤੇ ਅੱਜ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ ਖਾਲਸਾ ਐਡ ਨਾਲ ਜੁੜੇ ਹਾਂ ਜੀ। ਅਸੀਂ ਇਹਨਾਂ ਦਾ ਇੱਥੇ ਆਉਣ 'ਤੇ, ਤੁਹਾਡੇ ਟੀ ਵੀ ਚੈਨਲ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਆਪਣੇ ਆਪ ਦੇ ਵਿੱਚ ਇੱਕ ਵੱਡੀ ਅਮਾਊਂਟ ਦੀ, ਚਲੋ ਗੱਲ ਆਪਾਂ ਕਹੀਏ, ਇੱਥੇ ਦਿਲ ਦੀ ਗੱਲ ਆਉਂਦੀ ਆ ਵੀ ਇਹ ਖੁੱਲ੍ਹੇ ਦਿਲ ਜਿਹੜੇ ਹੈਗੇ ਆ, ਪਰਮਾਤਮਾ ਕਿਸੇ ਨੂੰ ਦਿੰਦਾ। ਆ 11,000 ਵੀ ਜੇ ਦੇ ਦਿੰਦਾ ਕੋਈ, ਤਾਂ ਵੀ ਉਨਾ ਹੀ ਸੀ ਖਾਲਸਾ ਐਡ ਲਈ, ਤਾਂ ਕੋਈ ਮਤਭੇਦ ਨਹੀਂ ਹੈਗਾ। 10,00,000 11,000 ਇਹਨਾਂ ਲਈ ਵੀ ਕੋਈ ਵੱਡੀ, ਕਿਉਂਕਿ ਇਹਨਾਂ ਨੇ ਕੋਈ ਆਪਣੇ ਘਰ ਤਾਂ ਕਰਨੇ ਨਹੀਂ, ਦੂਜਿਆਂ ਦਾ ਹੀ ਹੋਣਾ। ਪਰ ਦਿਲ ਹੋਣਾ ਔਰ ਤੁਸੀਂ ਸੇਵਾ ਕਰਨੀ, ਭਾਵਨਾ, ਵੱਡੀ ਗੱਲ ਇਹ ਆ ਵੀ ਇੱਕ ਪਿੰਡ 'ਚੋਂ ਆ ਇਕੱਠਾ ਹੋਇਆ ਗਰਾਈ, ਇਸ ਕਰਕੇ ਅਸੀਂ ਆਏ ਹਾਂ। ਇਹ ਨਹੀਂ ਆ ਵੀ ਇਹ 10,00,000 11,000 ਦੇ ਰਹੇ, ਇਹ 1 ਕਰੋੜ ਵੀ ਦਿੰਦੇ ਤਾਂ ਵੀ ਨਹੀਂ ਆਪਾਂ ਉਹ ਕਰਦੇ। ਪਰ ਪਿੰਡ ਦੇ ਵਿੱਚੋਂ ਇਕੱਠੇ ਹੋਣਾ ਉਹ ਵੱਡੀ ਗੱਲ ਹੈ। ਭਾਈ ਅਮਰਪ੍ਰੀਤ ਸਿੰਘ ਜੀ ਚਲ ਗਏ ਆ, ਇੱਕ ਸਵਾਲ ਉਹਨਾਂ ਨੂੰ ਆਪਾਂ ਜ਼ਰੂਰ ਕਰਨਾ ਚਾਹੁੰਦੇ ਸੀਗੇ, ਮੈਂ ਕੋਸ਼ਿਸ਼ ਕਰਦਾ ਕਿ ਉੱਥੇ ਹੀ ਜਾਂਦੇ ਹਾਂ। ਵੀਰ ਜੀ, ਮੈਂ ਇਹ ਤੋਂ ਬਾਅਦ ਜਿਹੜੀ ਸਮਾਪਤੀ ਅਸੀਂ ਕਰਾਂਗੇ, ਪਰ ਮੈਂ ਆਖਰੀ ਸਵਾਲ ਵੀਰ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੁਣ ਹੜ੍ਹ ਪੀੜਤਾਂ ਦੇ ਲਈ ਪੈਸਾ ਪਿੰਡ ਦੇ ਵੱਲੋਂ ਦਿੱਤਾ ਗਿਆ, ਲੋਕ ਤਾਂ ਕਹਿੰਦੇ ਜੀ ਵੀ ਰਾਸ਼ਨ 6-6 ਮਹੀਨੇ ਦਾ ਚਲੇ ਗਿਆ, ਉਹਨਾਂ ਤਾਂ ਰਾਸ਼ਨ ਤੱਕ ਹੀ ਮਦਦ ਮੰਗ ਲਈ ਸੀ। ਕਈਆਂ ਨੂੰ ਹੁਣ ਕਹੀਦਾ ਵੀ ਐਵੇਂ ਜ਼ਰੂਰਤ ਹੈ ਜਾਂ ਫਿਰ ਸੇਵਾ ਕਰੋਗੇ, ਉਹ ਕਹਿੰਦੇ ਜੀ ਹੁਣ ਤਾਂ ਪੂਰਾ ਹੋ ਗਿਆ ਪਿੰਡਾਂ ਦੇ ਵੀ, ਹੁਣ ਸੇਵਾ ਦੀ ਲੋੜ ਨਹੀਂ। ਖਾਲਸਾ ਐਡ ਕੀ ਸਮਝਦੀ ਆ, ਜੇ ਲੋੜ ਹੈਗੀ ਆ ਜੀ? ਦੇਖੋ, ਜਿਵੇਂ ਤੁਸੀਂ ਤੁਹਾਡੇ ਸਵਾਲ 'ਚ ਹੀ ਜਵਾਬ ਸੀਗਾ ਵੀ ਰਾਸ਼ਨ ਦੀ ਇਸ ਟਾਈਮ ਜਿਹੜੀ ਮਾਤਰਾ ਸੀਗੀ ਆਲਰੇਡੀ ਪਿੰਡਾਂ ਦੇ ਵਿੱਚ 6-6 ਮਹੀਨਿਆਂ ਦੀ ਪਰਿਵਾਰਾਂ ਦੇ ਵਿੱਚ ਪਹੁੰਚ ਗਈ ਹੈ। ਕਿਸੇ 6 ਹੋਏਗੀ, ਕਿਸੇ 'ਚ 2 ਦੀ ਹੋਏਗੀ ਜਾਂ 4 ਦੀ ਹੋਏਗੀ, ਬਟ ਐਮਰਜੈਂਸੀ ਨੀਡ ਉਹਨਾਂ ਨੂੰ ਰਾਸ਼ਨ ਦੀ ਨਹੀਂ ਰਹੀ। ਪਰ ਸਵਾਲ ਇਹ ਆਉਂਦਾ ਕਿ ਇਸ ਤੋਂ ਇਲਾਵਾ ਹੋਰ ਕੋਈ ਲੋੜ ਹੀ ਨਹੀਂ ਹੈ ਪਿੰਡ ਦੇ ਵਿੱਚ, ਸਾਡਾ ਧਿਆਨ ਉੱਥੇ ਜਾ ਪਾ ਰਿਹਾ ਜਾਂ ਨਹੀਂ ਜਾ ਪਾ ਰਿਹਾ, ਇਹ ਸਾਡੇ ਕੁਐਸਚਨਸ ਨੇ। ਸੋ ਅਸੀਂ ਜੋ ਵੈਰੀਫਿਕੇਸ਼ਨ ਕਰ ਰਹੇ ਹਾਂ ਇਸ ਟਾਈਮ, ਜੋ ਸਾਡਾ ਫੇਸ ਚੱਲ ਰਿਹਾ, ਉਸ ਦੇ ਵਿੱਚ ਅਸੀਂ ਕੁਛ ਇਹੋ ਜਿਹੇ ਪਰਿਵਾਰ, ਇਹੋ ਜਿਹੇ ਘਰਾਂ ਦਾ ਸਰਵੇ ਕੀਤਾ ਜਿਹੜੇ ਘਰ ਕਿ ਬਿਲਕੁਲ ਹੀ ਪਾਣੀ ਦੇ ਕਰਕੇ ਡੈਮੇਜ ਹੋ ਚੁੱਕੇ, ਜਾਂ ਤਾਂ ਜਿਨ੍ਹਾਂ ਦਾ ਬਿਲਕੁਲ ਹੀ ਲੈਂਟਰ ਟੁੱਟ ਗਿਆ ਜਾਂ ਢੱਠ ਗਏ, ਜਾਂ ਕਈ ਪਰਿਵਾਰ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਘਰ ਪੂਰੀਆਂ ਤਰੇੜਾਂ ਆ ਚੁੱਕੀਆਂ ਕਿ ਉਹ ਇੰਨੇ ਅਨਸੇਫ ਨੇ ਕਿ ਉੱਥੇ ਰਹਿਣ ਦੇ ਲਾਇਕ ਨਹੀਂ ਰਹੇ। ਸੋ ਸਾਡਾ ਉਹ ਘਰ ਨੂੰ ਰੀਬਿਲਡ ਕਰਨ ਦਾ ਪ੍ਰੋਜੈਕਟ ਚੱਲ ਰਿਹਾ, ਜਿਸ ਦੇ ਵਿੱਚੋਂ 4 ਘਰ ਸ਼ੁਰੂ ਹੋ ਚੁੱਕੇ, ਅਸੀਂ ਅੱਜ ਹੀ ਅਪਡੇਟ ਕੀਤਾ। ਅਤੇ ਨਾਲ ਹੀ ਅਸੀਂ ਉਹਨਾਂ ਪਰਿਵਾਰਾਂ ਨੂੰ ਸ਼ਾਰਟਲਿਸਟ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦਾ ਰੁਜ਼ਗਾਰ ਡੰਗਰਾਂ ਦੇ ਸਿਰ 'ਤੇ ਸੀ ਅਤੇ ਡੰਗਰ ਉਹਨਾਂ ਦੇ ਮਰ ਗਏ ਜਾਂ ਪਾਣੀ ਦੇ ਨਾਲ ਰੁੜ ਗਏ, ਅਸੀਂ ਉਹਨਾਂ ਪਰਿਵਾਰ ਨੂੰ ਹੁਣ ਤੱਕ ਤਕਰੀਬਨ 44-45 ਪਰਿਵਾਰ ਜਿਹੜੇ ਹੈਗੇ ਨੇ ਉਹ ਅਸੀਂ 1-1 ਡੰਗਰ ਉਹਨਾਂ ਨੂੰ 1-1 ਮੱਝ ਅਤੇ ਨਾਲ ਉਹਦਾ ਬੱਚਾ ਅਸੀਂ ਪ੍ਰੋਵਾਈਡ ਕਰਾ ਚੁੱਕੇ ਹਾਂ। ਸੋ ਸਾਡਾ ਮੇਨ ਮੋਟੋ ਇਹ ਹੈ, ਏਜੰਡਾ ਇਹ ਆ ਕਿ ਇਹ ਜਿਹੜਾ ਦਸਵੰਧ ਹੈ ਅਸੀਂ ਸਿਰਫ 1 ਮਹੀਨੇ ਜਾਂ 4 ਮਹੀਨਿਆਂ ਦੇ ਰਾਸ਼ਨ ਤੱਕ ਸੀਮਤ ਨਾ ਰਹੀਏ, ਅਸੀਂ ਲੌਂਗ ਟਰਮ ਕੀ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਦੁਬਾਰਾ ਕਿੱਦਾਂ ਸਟੈਂਡ ਕਰ ਸਕਦੇ। ਹੁਣ ਜਿਹਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ, ਅਸੀਂ ਜ਼ਮੀਨਾਂ ਦੀ ਆਪਣੇ ਪ੍ਰੋਫੈਸ਼ਨਲਸ ਨੂੰ ਦਿਖਾਈਆਂ, ਜਦੋਂ ਉਹ ਕਹਿੰਦੇ ਕਿ ਉਹ 1 ਸਾਲ ਇੱਥੇ ਨਹੀਂ ਖੇਤੀ ਕਰ ਪਾਣਗੇ, ਸਾਲ ਲੱਗ ਜਾਣਾ ਉਹਨਾਂ ਨੂੰ ਦੁਬਾਰਾ ਉਪਜਾਊ ਹੁੰਦੇ ਜ਼ਮੀਨ। ਸੋ ਉਹਨਾਂ ਲਈ ਅਸੀਂ ਕੀ ਕਰ ਸਕਦੇ ਹਾਂ, ਸਾਡੇ ਪਲੈਨਸ ਉਸ ਤਰ੍ਹਾਂ ਦੇ ਚੱਲ ਰਹੇ ਨੇ। ਰਾਸ਼ਨ ਤੋਂ ਹਟ ਕੇ ਬਹੁਤ ਚੀਜ਼ਾਂ ਨੇ ਕਿ ਜਿਹੜੀਆਂ ਅਸੈਸਮੈਂਟ ਦੇ ਵਿੱਚੋਂ ਨਿਕਲੀਆਂ ਨੇ ਜੀ। ਲੋਕ ਕਹਿੰਦੇ ਨੇ ਕਿ ਰਾਸ਼ਨ ਦੇ ਦਈਏ ਸੇਵਾ ਹੋ ਗਈ, ਪਰ ਅਗਲੀ ਵਾਰ ਫਿਰ ਖਾਲਸਾ ਐਡ ਦਾ ਕਹਿਣਾ ਵੀ ਅਗਲੀ ਵਾਰ ਫਿਰ ਦੇਖਣਗੇ ਵੀ ਰਾਸ਼ਨ ਨਹੀਂ ਆਇਆ। ਇਸ ਕਰਕੇ ਖਾਲਸਾ ਐਡ ਨੇ ਹੁਣ ਇਹ ਚੁੱਕ ਲਿਆ ਕਿ ਇਹਨਾਂ ਦਾ ਮੁੜ ਬਸੇਵਾ ਜਿੱਥੇ ਕੀਤਾ ਜਾਵੇ ਉੱਥੇ ਇਹਨਾਂ ਲੋਕਾਂ ਨੂੰ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਲੀਹ 'ਤੇ ਲਿਆਇਆ ਜਾਵੇ ਤਾਂ ਕਿ ਉਹ ਕਿਸੇ ਵੱਲ ਨਾ ਵੇਖਣ। ਜੇ ਅੱਜ 6 ਮਹੀਨੇ ਦਾ ਰਾਸ਼ਨ ਹੋ ਗਿਆ ਇਕੱਠਾ ਤਾਂ 7ਵੇਂ ਮਹੀਨੇ ਉਹ ਕਮਾਉਣ ਦੇ ਲਾਇਕ ਹੋਣ ਔਰ ਉਹ ਕਮਾ ਕੇ ਆਪਣਾ ਰਾਸ਼ਨ ਖਰੀਦਣ ਦੇ ਲਾਇਕ ਹੋਣ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਫਿਰ ਕਿਰਤ ਕਰਨ ਨੂੰ ਹੀ ਕਿਹਾ ਨਾ, ਮੰਗਣ ਨੂੰ ਤਾਂ ਨਹੀਂ ਕਿਹਾ। ਸੋ ਕਿਰਤ ਕਰਾਉਣਾ ਵੀ ਇੱਕ ਵੱਡੀ ਸੇਵਾ ਹੈ, ਕਿਰਤ ਕਰਨ ਦੇ ਲਾਇਕ ਬਣਾ ਦੇਣਾ ਕਿਸੇ ਨੂੰ ਉਹ ਵੱਡੀ ਸੇਵਾ ਹੈ, ਉਹ ਖਾਲਸਾ ਐਡ ਕਰ ਰਹੀ ਹੈ। ਅਤੇ ਅੱਜ ਸਿਦਮਾ ਦੋਨਾਂ ਪਿੰਡ ਦੇ ਲੋਕਾਂ ਨੇ ਜੋ ਇਕੱਠੇ ਹੋ ਕੇ ਇਹ ਸਬੂਤ ਦਿੱਤਾ ਹੈ ਕਿ ਅਸੀਂ ਦੋਫਾੜ ਨਹੀਂ ਹਾਂ, ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਇਨਸਾਨੀਅਤ ਦੇ ਨਾਂ 'ਤੇ ਸੇਵਾ ਕਰ ਸਕਦੇ ਹਾਂ, ਉਸ ਨੂੰ ਸਲਾਮ ਕਰਨਾ ਜ਼ਰੂਰ ਬਣਦਾ ਹੈ। ਪੰਜਾਬੀ ਲੋਕ ਚੈਨਲ ਇਹਨਾਂ ਲੋਕਾਂ ਨੂੰ ਸਲਾਮ ਕਰਦਾ ਜੀ।
ਆਕਾਸ਼ ਮਾਹੀ ਦੇ ਨਾਲ ਜਗਦੀਪ ਸਿੰਘ ਥਲੀ ਸਿਦਮਾ ਦੋਨਾ ਪੰਜਾਬੀ ਲੁਕ ਚੈਨਲ।